ਸਤਿਗੁਰ ਟੈਲੀਪੋਸਟ ਪੰਜਾਬੀ ਦੇਖਦੇ ਹੋ ਤੁਸੀਂ ਤੇ ਮੈਂ ਹਾਂ ਗੁਰਜੋਤ ਸਿੰਘ 11 ਚੱਲੀ ਦਾ ਇਸ ਸਮੇਂ ਟਾਈਮ ਹੋਇਆ ਤੇ ਅਸੀਂ ਡੁਗਰੀ ਚੌਂਕ ਦੇ ਵਿੱਚ ਮੌਜੂਦ ਹਾਂ ਜਿਹੜਾ ਕਿ ਬੰਦਾ ਸੀ ਖੇਲ ਰੋਡ ਨੂੰ ਵੀ ਰਸਤਾ ਜਾਂਦਾ ਡੁਗਰੀ ਨੂੰ ਅਤੇ ਸਾਊਥ ਸਿਟੀ ਨੂੰ ਜੋ ਹੈ ਰਸਤਾ ਜਾਂਦਾ ਜਿਵੇਂ ਕਿ ਸਰਕਾਰ ਵੱਲੋਂ ਅੱਜ ਕੌਲ ਦਿੱਤੀ ਗਈ ਸੀ ਜਿਵੇਂ ਪੰਜਾਬ ਸਰਕਾਰ ਵੱਲੋਂ ਕੌਲ ਦਿੱਤੀ ਗਈ ਸੀ ਵੀ ਜਿਹੜੇ ਵੀ ਲੋਕ ਕਰੋਨਾ ਦੇ ਕਰਕੇ ਜੋ ਸ਼ਹੀਦ ਹੋਏ ਨੇ ਉਹਨਾਂ ਦੇ ਯਾਦ ਵਿੱਚ ਅੱਜ 11 ਵਜੇ ਤੋਂ ਲੈ ਕੇ ਜੋ ਹੈ 12 ਵਜੇ ਤੱਕ ਜੋ ਬੰਦ ਕੀਤਾ ਜਾਵੇ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੰਦ ਇਹ ਵੀ ਤੁਹਾਨੂੰ ਦੱਸਦੀ ਹੈ ਵੀ ਟਰਾਂਸਪੋਰਟ ਲੋਕ ਆਪਣੇ ਪਰਸਨਲ ਟਰਾਂਸਪੋਰਟ ਨੇ ਉਹ ਜੋ ਬੰਦ ਕਰਨ ਪਰ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਉਹ ਪੂਰੀ ਤਰ੍ਹਾਂ ਫਲੋਪ ਵੀ ਹੋਇਆ ਕਿਉਂਕਿ ਲੋਕ ਅੱਗੇ ਹੀ ਬਹੁਤ ਪਰੇਸ਼ਾਨ ਨੇ ਜਿਹੜੇ ਲਗਾਤਾਰ ਸਰਕਾਰ ਦੇ ਫੈਸਲੇ ਆ ਉਹਨਾਂ ਤੋਂ ਲੋਕ ਜੋ ਹੈ ਲਗਾਤਾਰ ਪਰੇਸ਼ਾਨ ਹੋ ਗਏ ਆ ਇਸ ਦੇ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਉਹਨਾਂ ਦੀ ਕਾਲ ਦਾ ਜੋ ਅਸਰ ਤੁਸੀਂ ਇਸ ਟਾਈਮ ਰਿਐਲਿਟੀ ਚੈੱਕ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ 11:40 ਦਾ ਟਾਈਮ ਹੋਇਆ 11:40 ਦਾ ਟਾਈਮ ਹੋਇਆ ਅਤੇ ਤੁਸੀਂ ਨਾਲੋ ਨਾਲ ਦੇਖ ਸਕਦੇ ਹੋ ਵੀ ਕਿਸ ਪ੍ਰਕਾਰ ਨਾਲ ਜੋ ਹੈ ਲੋਕ ਘੁੰਮ ਰਹੇ ਆ ਕਿਉਂਕਿ ਉਹਨਾਂ ਕਈ ਲੋਕਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਆ ਉਹਨਾਂ ਦਾ ਕਹਿਣਾ ਵੀ ਅਸੀਂ ਹੁਣ ਬਹੁਤ ਜ਼ਿਆਦਾ ਅੱਕ ਚੁੱਕੇ ਹੋਏ ਹਾਂ ਕੱਲ੍ਹ ਦਾ ਦਿਨ ਤੁਹਾਨੂੰ ਯਾਦ ਹੀ ਹੋਏਗਾ ਜਦੋਂ ਕਿਸਾਨਾਂ ਵੱਲੋਂ ਇੱਕ ਅਪੀਲ ਕੀਤੀ ਗਈ ਸੀ ਅਤੇ ਪੂਰਾ ਪੰਜਾਬ ਅਤੇ ਹਰਿਆਣਾ ਬੰਦ ਹੋ ਗਿਆ ਸੀ ਭਾਰਤ ਬੰਦ ਦੀ ਪਰ ਹੁਣ ਤੁਸੀਂ ਡੁਗਰੀ ਦੇਖ ਸਕਦੇ ਹੋ ਡੁਗਰੀ ਚੌਂਕ 'ਤੇ ਅਸੀਂ ਮੌਜੂਦ ਸੀਗੇ ਡੁਗਰੀ ਚੌਂਕ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਵੀ ਕਿਸ ਹਿਸਾਬ ਨਾਲ ਆਵਾਜਾਈ ਹੁਣ ਨਿਕਲ ਰਹੀ ਹੈ ਹੁਣ ਲੋਕਾਂ ਨਾਲ ਵੀ ਜੋ ਇੱਥੇ ਨਿਕਲ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਪੰਜਾਬ ਸਰਕਾਰ ਦੀ ਕੌਲ ਸੀ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਅਤੇ ਜੋ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਤੁਸੀਂ ਆਪਣੀਆਂ ਗੱਡੀਆਂ ਜੋ ਹੈ ਗੱਡੀਆਂ ਅਤੇ ਮੋਟਰਸਾਈਕਲ ਜੋ ਹੈ ਬੰਦ ਰੱਖੋ ਜੋ ਲੋਕ ਸ਼ਹੀਦ ਹੋਇਆ ਉਹਨਾਂ ਦੀ ਯਾਦ ਵਿੱਚ ਜੋ ਕਰੋਨਾ ਕਾਲ ਦੇ ਕਰਕੇ ਸ਼ਹੀਦ ਹੋਇਆ ਉਹਨਾਂ ਦੀ ਯਾਦ ਵਿੱਚ ਤੁਸੀਂ ਜੋ ਹੈ ਆਪਣੀਆਂ ਗੱਡੀਆਂ ਜੋ ਹੈ ਬੰਦ ਰੱਖੋ ਪਰ ਹੁਣ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਲੋਕ ਆਰਾਮ ਨਾਲ ਘਰਾਂ 'ਚੋਂ ਨਿਕਲ ਰਹੇ ਹੈ ਕਈ ਪਾਸੇ ਦੀਆਂ ਵੀ ਤਸਵੀਰਾਂ ਆਈਆਂ ਵੀ ਜਾ ਜੋ ਹੈ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਪਰ ਲੁਧਿਆਣੇ 'ਚ ਇਹੋ ਜਿਹੀ ਕੋਈ ਵੀ ਵਾਰਦਾ ਜਾਂ ਜੀ ਕੋਈ ਵੀ ਗੱਲ ਨਹੀਂ ਹੈ ਜਿੱਥੇ ਪੁਲਿਸ ਵੱਲੋਂ ਕਿੱਥੇ ਵੀ ਲੋਕਾਂ ਨੂੰ ਜੋ ਹੈ ਰੋਕਿਆ ਜਾਵੇ ਪਰ ਹੁਣ ਦੇਖ ਸਕਦੇ ਹੋ ਵੀ ਹੁਣ ਅਸੀਂ ਇੱਥੇ ਇੱਕ ਕੱਲ੍ਹ ਦੀਆਂ ਤਸਵੀਰਾਂ ਸੀ ਵੀ ਦੇਖ ਸਕਦੇ ਹੋ ਵੀ ਸਰਕਾਰ ਦੀ ਗੱਲ ਨੂੰ ਬਿਲਕੁਲ ਲੋਕਾਂ ਨੇ ਜੋ ਹੈ ਨਕਾਰ ਦਿੱਤਾ ਹੁਣ ਦੇਖਦੇ ਹਾਂ ਇੱਥੇ ਜੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਇਸ ਬਾਰੇ ਕੋਈ ਅਪਡੇਸ਼ਨ ਸੀ ਜਾਂ ਨਹੀਂ ਸੀ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਇਸ ਦੇ ਬਾਰੇ ਕੋਈ ਵੀ ਅਪਡੇਸ਼ਨ ਸੀ ਕਿ ਨਹੀਂ ਸੀ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ ਜਿਵੇਂ ਕਿ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਰਿਕੁਐਸਟ ਕੀਤੀ ਗਈ ਸੀ ਕਾਲ ਦਿੱਤੀ ਗਈ ਸੀ 11 ਤੋਂ 12 ਜੋ ਆਪਣੀਆਂ ਗੱਡੀਆਂ ਬੰਦ ਰੱਖੋ ਚਲੋ ਉਹ ਤੁਹਾਡੀ ਮਰਜ਼ੀ ਸੀ ਕੀ ਉਹ ਕਾਲ ਸਹੀ ਸੀ ਤੁਹਾਡੇ ਹਿਸਾਬ ਨਾਲ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੀ ਪਤਾ ਸੀ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਤੁਹਾਨੂੰ ਪਤਾ ਸੀ ਇਹਦੇ ਬਾਰੇ ਤੇ ਕਾਲ ਉਹ ਸਹੀ ਸੀ ਤੁਹਾਨੂੰ ਸਹੀ ਨਹੀਂ ਲੱਗੀ ਉਹ ਕਾਲ ਸਰ ਇੱਕ ਜਣਾ ਰੁਕੇ ਨਾ ਫਾਇਦਾ ਨਹੀਂ ਨਾ ਸਾਰੇ ਰੁਕਣ ਤਾਂ ਆ ਨਹੀਂ ਨਹੀਂ ਅਸੀਂ ਤੁਹਾਨੂੰ ਐਂ ਨਹੀਂ ਕਹਿ ਰਹੇ ਤੁਸੀਂ ਰੁਕੋ ਵੈਸੇ ਉਹ ਕਾਲ ਬਾਰੇ ਕਹਿ ਰਹੇ ਤੁਹਾਨੂੰ ਉਹ ਕਾਲ ਸਹੀ ਨਹੀਂ ਲੱਗੀ ਕਿਉਂ ਸਹੀ ਨਹੀਂ ਲੱਗੀ ਕੋਈ ਰੀਜ਼ਨ ਨਹੀਂ ਕਹਿ ਸਕਦੇ ਕਿਉਂਕਿ ਇਹ ਭੁੱਖਮਰੀ ਕਰਦੇ ਪਏ ਹੋਰ ਤਾਂ ਕੁਛ ਕਰਦੇ ਨਹੀਂ ਭੁੱਖਮਰੀ ਕਰ ਰਹੇ ਨੇ ਬਿਲਕੁਲ ਅਤੇ ਸੋ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਵੀ ਇੱਕ ਘੰਟਾ ਵੀ ਉਹ ਰੁਕਣ ਲਈ ਤਿਆਰ ਨਹੀਂ ਸੀ ਕਿਉਂਕਿ ਜੋ ਹੈ ਭੁੱਖਮਰੀ ਕੀਤੀ ਜਾ ਰਹੀ ਹੈ ਜੋ ਲੋਕਾਂ ਦਾ ਇਹ ਕਹਿਣਾ ਵੀ ਸਰਕਾਰ ਜੋ ਹੈ ਭੁੱਖਮਰੀ ਕਰ ਰਹੀ ਹੈ ਹੋਰ ਵੀ ਇੱਥੇ ਲੋਕ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਪੂਰੀ ਤਰ੍ਹਾਂ ਉਹ ਫੇਲ ਹੋਇਆ ਹੈ ਜੋ ਸਰਕਾਰ ਨੇ ਕਿਹਾ ਸੀਗਾ ਵੀ 11 ਤੋਂ 12 ਜੋ ਹੈ ਬੰਦ ਰੱਖਿਆ ਜਾਵੇ ਉਹ ਪੂਰੀ ਤਰ੍ਹਾਂ ਹੁਣ ਫਲੋਪ ਹੋ ਚੁੱਕਾ ਇਸ ਸਮੇਂ ਤੁਹਾਨੂੰ ਟਾਈਮ ਵੀ ਦੱਸਾਂਗੇ ਵੀ 11:52 ਦਾ ਟਾਈਮ ਹੋ ਚੁੱਕਾ ਹੈ ਇੱਕ ਘੰਟੇ ਦਾ ਟਾਈਮ ਕਿਹਾ ਸੀਗਾ ਪਰ ਲੋਕ ਕਹਿ ਰਹੇ ਨੇ ਵੀ ਵਾਰ ਵਾਰ ਕੋਈ ਨਾ ਕੋਈ ਇਹੋ ਜਿਹੇ ਆਦੇਸ਼ ਦੇ ਦਿੰਦੇ ਆ ਇਹੋ ਜਿਹੇ ਆਰਡਰ ਦੇ ਦਿੰਦੇ ਆ ਅਤੇ ਅਸੀਂ ਹੋਰ ਵੀ ਲੋਕਾਂ ਨਾਲ ਜਿਵੇਂ ਕਿ ਸਰਕਾਰ ਵੱਲੋਂ ਅੱਜ 11:52 ਬੰਦ ਦਾ ਕਿਹਾ ਗਿਆ ਸੀ ਤੁਹਾਨੂੰ ਉਹ ਸਹੀ ਨਹੀਂ ਲੱਗਿਆ ਵੈਸੇ ਤੁਹਾਡੇ ਰਿਵਿਊਸ ਜਾਣ ਰਹੇ ਹਾਂ ਵੀ ਤੁਹਾਨੂੰ ਉਹ ਸਹੀ ਨਹੀਂ ਲੱਗਿਆ ਜਿਵੇਂ ਸਰਕਾਰ ਦੀ ਕਾਲ ਸੀਗੀ ਅੱਜ 11:52 ਜੋ ਹੈ ਟਰਾਂਸਪੋਰਟ ਬੰਦ ਰੱਖੋ ਦੇਖ ਸਕਦੇ ਹੋ ਕਿਸ ਹਿਸਾਬ ਨਾਲ ਲੋਕ ਨੇ ਉਹ ਕਿਉਂਕਿ ਇਹ ਜੋ ਦੇਖ ਸਕਦੇ ਹੋ ਤੁਹਾਨੂੰ ਵੀਰੇ ਗੱਲ ਜੋ ਸੀਗੀ ਉਹ ਸਹੀ ਲੱਗੀ ਨਹੀਂ 11:12 ਦੀ ਜੋ ਹਾਂਜੀ ਹਾਂ ਮਤਲਬ ਤੁਹਾਡੇ ਸਾਹਮਣੇ ਕਾਲ ਬਿਲਕੁਲ ਜੋ ਹੈ ਕਹਿ ਸਕਦੇ ਹਾਂ ਵੀ ਬਿਲਕੁਲ ਸਹੀ ਨਹੀਂ ਸੀ ਸੋ ਦੇਖ ਸਕਦੇ ਹੋ ਕਿਸ ਹਿਸਾਬ ਨਾਲ ਜੋ ਰਿਐਲਿਟੀ ਚੈੱਕ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਸ ਹਿਸਾਬ ਨਾਲ ਲੋਕ ਜੋ ਘੁੰਮ ਵੀ ਰਹੇ ਨੇ ਇਹਨਾਂ ਦੀ ਵੀ ਕੋਈ ਗਲਤੀ ਨਹੀਂ ਹੈ ਅਸੀਂ ਇਹ ਨਹੀਂ ਕਹਾਂਗੇ ਕੋਈ ਗਲਤੀ ਹੈ ਇਹਨਾਂ ਦੀ ਵੈਸੇ ਇਹਨਾਂ ਦੇ ਵਿਊਜ਼ ਇਹਨਾਂ ਤੋਂ ਜਾਣ ਰਹੇ ਹਾਂ ਇੱਕ ਪਾਸੇ ਕੱਲ੍ਹ ਇਹਨਾਂ ਨੇ ਆਪਣੇ ਸਾਰੇ ਅਦਾਰੇ ਬੰਦ ਵੀ ਰੱਖੇ ਆ ਜਦੋਂ ਇਹਨਾਂ ਨੂੰ ਕਿਸਾਨਾਂ ਵੱਲੋਂ ਕਿਹਾ ਗਿਆ ਇਹਨਾਂ ਨੇ ਉਹ ਗੱਲਾਂ ਮੰਨੀਆਂ ਵੀ ਨੇ ਤੁਸੀਂ ਦੇਖ ਸਕਦੇ ਕੱਲ੍ਹ ਦੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ ਸੀ ਪਰ ਅੱਜ ਜੋ ਇੱਥੇ ਸਾਰਾ ਕੁਛ ਚੱਲ ਰਿਹਾ ਹੈ ਪ੍ਰੋਪਰਲੀ ਚੱਲ ਰਿਹਾ ਅਤੇ 11:12 ਦੀ ਜੋ ਕਾਲ ਦਿੱਤੀ ਗਈ ਸੀ
उसके तुम नतीजे हुण देख सकते हो, क्योंकि सरकार की गल जो है लोगों ने नहीं मनी। शायद इस विच सरकार की नाकामी है, लोगों की नहीं नाकामी, जो उन्हां दी गल नहीं मनेगी। जरूर काफ़ी बस धक्के भी यही किया जा रहा, पर लुधियाने यह कोई भी तस्वीर नहीं अगे आई जिते धक्के किसी भी जो है धक्के बंद कराया गया हो कुछ किया गया हो। लुधियाने यहोजी कोई तस्वीर नहीं सही आई। 11 to 12 की कॉल जरूर, एक रिक्वेस्ट जरूर की गई सी, पर हुण देख सकते हो भी किस हिसाब नाल इत्थे आवाजाही जो है 12 बजे तो पहला ही चल रही है, मतलब बंद नहीं हुई। लुधियाने जो आवाजाही है वो संपूर्ण तौर पर जो चल रही है।